ਪਿੱਛੇ ਹੀ ਮੈਂ ਵਾਈਟ ਮਾਰਾਂਗਾ। ਆ ਜਾ ਮੈਂ ਕੁਛ ਨਹੀਂ, ਵਿਦਆਊਟ ਐਨੀ ਨੋਟਿਸ ਸਭ ਕੁਛ ਕੀਤਾ ਇਹਨਾਂ ਨੇ। ਤੁਸੀਂ ਆਹ ਦੇਖ ਸਕਦੇ ਹੋ, ਸਾਰੀ ਮਾਰਕੀਟ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਹੈ, ਸੀਲ ਕੀਤੀ ਹੋਈ ਹੈ, ਬਾਹਰ ਪੋਸਟਰ ਲਗਾਏ ਗਏ ਆ ਕਾਰਪੋਰੇਸ਼ਨ ਵੱਲੋਂ, ਲੇਕਿਨ ਇਹਨਾਂ ਦਾ ਕਹਿਣਾ ਕਿ ਸਾਨੂੰ ਕੁਛ ਨਹੀਂ ਦੱਸਿਆ ਗਿਆ ਹੈਗਾ ਜੀ। ਤੁਸੀਂ ਆਹ ਦੇਖ ਸਕਦੇ ਹੋ, ਸਾਰੀ ਮਾਰਕੀਟ ਬੰਦ ਕੀਤੀ ਹੋਈ ਆ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਮਾਰਕੀਟ ਬੰਦ ਕੀਤੀ? ਅੱਜ ਸਵੇਰੇ ਕਾਰਪੋਰੇਸ਼ਨ ਨੇ ਵਿਦਆਊਟ ਐਨੀ ਨੋਟਿਸ ਆ ਕੇ ਮਾਰਕੀਟ ਨੂੰ ਸੀਲ ਕਰ ਦਿੱਤਾ ਅਤੇ ਚਾਬੀਆਂ ਨਾਲ ਲੈ ਗਏ ਨੇ। ਐਟਲੀਸਟ ਨੋਟਿਸ ਕਰਨਾ ਤਾਂ ਹਰ ਇੱਕ ਜੋ ਪ੍ਰਤੀਕਿਰਿਆ ਪ੍ਰੋਸੈਸ ਆ ਉਹ ਹੀ ਨਹੀਂ ਫੋਲੋ ਕਰ ਰਹੇ। ਨਹੀਂ, ਚਾਬੀਆਂ ਵੀ ਨਾਲ ਲੈ ਕੇ ਗਏ? ਹਾਂਜੀ, ਜੋ ਮੈਨੂੰ ਦੱਸਿਆ ਇਹਨਾਂ ਨੇ ਵੀ ਚਾਬੀਆਂ ਵੀ ਨਾਲ ਲੈ ਗਏ ਨੇ ਅਤੇ ਅਸੀਂ ਇੰਨਾ ਹੀ ਮਾਰਕੀਟ ਦੇ ਨਾਲ ਆ ਪੂਰਾ ਮੈਂ, ਅਤੇ ਅਸੀਂ ਈਵਨ MLA ਸਾਹਿਬ ਨੂੰ ਕਿਹਾ, ਉਹਨੇ ਕਮਿਸ਼ਨਰਾਂ ਵੀ ਗੱਲ ਕੀਤੀ ਹੈ ਅਤੇ 1-2 ਵਜੇ ਤੱਕ ਪੂਰੀ ਉਮੀਦ ਹੈ ਵੀ ਇਹਦਾ ਰੀਸਟੋਰ ਕੀਤਾ ਜਾਊਗਾ ਅਤੇ ਖੋਲ੍ਹਿਆ ਜਾਣਗੇ ਦੁਕਾਨ। ਸਰ ਇਹ ਦੱਸਿਆ ਗਿਆ ਕਾਰਨ ਕੀ ਆ? ਕਾਰਨ ਕੋਈ ਨਹੀਂ ਦੱਸਿਆ ਗਿਆ ਜੀ, ਨੋਟਿਸ ਹੀ ਨਹੀਂ ਕੀਤਾ। ਕਾਰਨ ਤਾਂ ਨੋਟਿਸ ਹੁੰਦਾ, ਨੋਟਿਸ ਹੀ ਨਹੀਂ ਕੀਤਾ ਗਿਆ ਜੀ। ਅਤੇ ਇਸ ਤਰ੍ਹਾਂ ਪਬਲਿਕ ਵੀ ਜ਼ਿਆਦਾ ਪਰੇਸ਼ਾਨ ਹੋਦੀ ਜਿਹੜੀ, ਉਹਦੇ ਕੀ ਕਹਿਣਾ? ਭਾਅ ਜੀ, ਇਹਨਾਂ ਦੇ ਕਾਰੋਬਾਰ ਬ੍ਰੈਡ ਐਂਡ ਬਟਰ ਜਿਹਦਾ ਬੰਦ ਹੋ ਜਾਵੇ, ਉਹਦੇ ਕੋਲ ਕੀ ਹੱਲ ਆ? ਸੜਕਾਂ 'ਤੇ ਉਤਰੂਗਾ ਜੀ, ਕੀ ਕਰੇਗਾ ਉਹ? ਦੁਕਾਨਦਾਰਾਂ ਨੂੰ ਪਹਿਲਾਂ ਕੋਈ ਵੀ ਨੋਟਿਸ? ਨਹੀਂ, ਕੋਈ ਨੋਟਿਸ ਨਹੀਂ ਸਰਵ ਕੀਤਾ ਗਿਆ ਜੀ। ਠੀਕ ਹੈ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆ ਜੀ ਪਹਿਲਾਂ ਆਪਣਾ? ਭਾਅ ਜੀ ਮੇਰਾ ਨਾਮ ਪ੍ਰੀਤ ਬਸੰਤ ਜੀ। ਭਾਅ ਜੀ ਕਿਹੜੀ ਏਰੀਆ? ਆਪਣੀ ਬਸੰਤ ਆਈਸਕ੍ਰੀਮ ਸ਼ੋਪ ਹੈ ਜੀ। ਜੀ ਕੀ ਦਿੱਕਤ ਆਈ ਹੈ ਭਾਅ ਜੀ? ਭਾਅ ਜੀ ਜਦੋਂ ਸਵੇਰੇ ਦੁਕਾਨ ਖੋਲ੍ਹਣ ਆਇਆ ਤਾਂ ਸੀਲ ਲੱਗੀ ਪਈ ਹੈ ਜੀ। ਸਰ ਕਿਵੇਂ ਦੇਖਦੇ ਹੋ, ਨਗਰ ਨਿਗਮ ਨੇ ਇਲੀਗਲ ਕੋਸ਼ਿਸ਼ ਕਰਕੇ ਕਹਿੰਦੇ ਕਿ? ਭਾਅ ਜੀ ਇਲੀਗਲ 4 ਸਾਲ ਹੋ ਗਏ ਦੁਕਾਨ ਖੁੱਲ੍ਹੀ ਨੂੰ ਜੀ, ਹੁਣ ਇਲੀਗਲ ਯਾਦ ਆਈਏ ਕਾਰਪੋਰੇਸ਼ਨ ਨੂੰ। ਲੱਗਦਾ ਨਹੀਂ ਪਹਿਲਾਂ ਕਾਰਪੋਰੇਸ਼ਨ ਸੁੱਤੀ ਹੁੰਦੀ ਜਦੋਂ ਬਣਦੀ ਆ ਬਿਲਡਿੰਗ? ਇਹੀ ਤਾਂ ਗੱਲ ਹੈ ਜੀ, ਜਦੋਂ ਬੰਦੀਆਂ ਹੁੰਦੀਆਂ ਉਦੋਂ ਸੁੱਤੀ ਵੀ ਹੁੰਦੀ ਹੈ, ਬਿਲਡਿੰਗਾਂ ਬਣੀ ਜਾ ਰਹੀਆਂ ਉਦੋਂ ਤਾਂ ਧਿਆਨ ਨਹੀਂ ਹੈਗਾ ਕਾਰਪੋਰੇਸ਼ਨ ਨੂੰ। ਸ਼ਹਿਰ 'ਚ ਹੋਰ ਵੀ ਇਲੀਗਲ ਬਿਲਡਿੰਗਾਂ? ਬਹੁਤ ਸਾਰੀਆਂ ਜੀ, ਲੁਧਿਆਣਾ ਸ਼ਹਿਰ ਇੰਨਾ ਵੱਡਾ ਸ਼ਹਿਰ ਹੈ, ਇੰਨੀਆਂ ਬਿਲਡਿੰਗਾਂ ਜਦੋਂ ਬੰਦੀ ਤਦੋਂ ਬੰਦ ਕਰਨੀ ਚਾਹੀਦੀ ਜਦੋਂ ਜਿੰਨੀ ਦੁਕਾਨ ਨਿਕਲੇ 8-8 ਸਾਲ ਹੋ ਗਏ ਉਦੋਂ ਤਾਂ ਬੰਦ ਕਰਦਾ, ਕੋਈ ਤੁੱਕ ਹੀ ਨਹੀਂ ਬੰਦ। ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਪਹਿਲਾਂ ਨੋਟਿਸ ਦਿਓ ਕਿ ਸਾਨੂੰ ਇਹ ਪ੍ਰੋਬਲਮ ਹੈ, ਤੁਸੀਂ ਨੋਟਿਸ ਅਸੀਂ ਉਸ ਹਿਸਾਬ ਨਾਲ, ਅਸੀਂ ਸਵੇਰੇ ਆਏ ਦੁਕਾਨ ਸਾਡੀ ਬੰਦ ਕਰਤੀ ਹੈ, ਅਸੀਂ ਕੰਮ ਕਰਨ ਵਾਲੇ ਬੰਦੇ ਇੱਥੇ ਕਲੋਜ਼ ਪ੍ਰੋਸੈਸ ਥੋੜ੍ਹਾ ਕਰਾਂਗੇ। ਕਿਸੇ ਵੱਡੇ ਅਧਿਕਾਰੀ ਨੂੰ ਮਿਲੇ ਕਿ ਨਹੀਂ? ਹਾਂਜੀ ਅਸੀਂ ਮਿਲਣ ਜਾ ਰਹੇ ਹਾਂ, ਕਾਰਪੋਰੇਸ਼ਨ ਸਾਡੇ ਗਏ ਹੋਏ ਨੇ, ਸਾਡੇ ਮਾਰਕੀਟ ਦੇ ਸਾਰੇ ਕਾਰਪੋਰੇਸ਼ਨ ਦਫ਼ਤਰ ਗਏ ਹੋਏ ਨੇ, ਸਾਨੂੰ ਵਿਦਆਊਟ ਐਨੀ ਨੋਟਿਸ ਸਾਨੂੰ ਬੰਦ ਕੀਤੇ ਗਏ। ਬਹੁਤ ਸ਼ਰਮਨਾਕ ਹਿੱਸਾ ਹੈ, ਅਸੀਂ ਨਹੀਂ ਦੇਖ ਸਕਦੇ। ਸਾਡੇ ਕੋਲ ਪੂਰੀ ਪਾਰਕਿੰਗ ਸਪੇਸ ਹੈ, ਦੇਖੋ ਜੀ ਪੂਰੀ ਪਾਰਕਿੰਗ ਸਪੇਸ, ਸਾਡੇ ਬੰਦੇ ਲੱਗੇ ਹੋਏ ਪਾਰਕਿੰਗ ਲਗਾਉਂਦੇ ਨੇ, ਪਾਰਕਿੰਗ ਸਪੇਸ ਸਾਡੇ ਕੋਲ ਪ੍ਰੋਪਰ ਪੂਰੀ ਹੈਗੀ ਹੈ, ਕੋਈ ਟ੍ਰੈਫਿਕ ਜਾਮ ਨਹੀਂ ਹੁੰਦਾ। ਸਾਨੂੰ ਤਾਂ ਟ੍ਰੈਫਿਕ ਦੇਖ, ਤੁਸੀਂ ਆਪ ਦੇਖੋ ਜੀ, ਇੱਥੇ ਘੱਟੋ 8-10 ਗੱਡੀਆਂ ਲੱਗਦੀਆਂ, ਕੋਈ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਹੈਗੀ ਹੈ। ਸਾਡੇ ਕੋਲ ਪ੍ਰੋਪਰ ਬੰਦੇ ਨੇ, ਸਾਡੇ ਕੋਲ ਪ੍ਰੋਪਰ ਬੰਦੇ ਨੇ ਜਿਹੜੇ ਪਾਰਕਿੰਗ ਲਵਾਉਂਦੇ ਨੇ, ਕੋਈ ਗੱਡੀ ਵਿੱਚ ਨਹੀਂ, ਜੋ ਕੋਈ ਕਸਟਮਰ ਲਗਾਉਂਦਾ ਉਹਨੂੰ ਅਸੀਂ ਸਪੈਸ਼ਲ ਕਹੀਦਾ ਕਿ ਤੁਸੀਂ ਗੱਡੀ ਵਿੱਚ ਲਗਾਓ, ਤੁਹਾਡੀ ਟੋ ਹੋ ਜਾਏਗੀ ਗੱਡੀ। ਅਸੀਂ ਮੰਗ ਇਹ ਕਰਦੇ ਸੀ ਸਾਡੀ ਦੁਕਾਨ ਸੀਲ ਜਲਦੀ ਤੋਂ ਜਲਦੀ ਖੋਲ੍ਹੀ ਜਾਵੇ, ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਨੋਟਿਸ ਦਿਓ ਕਿ ਇਹ ਪ੍ਰੋਬਲਮ ਹੈਗੀ ਹੈ, ਕੁਛ ਵੀ ਹੈਗਾ ਸਾਨੂੰ ਕੋਈ ਇਨਫੋਰਮੇਸ਼ਨ ਦੋ ਨਾ। ਕਿੰਨੀਆਂ ਕੁ ਦੁਕਾਨਦਾਰਾਂ ਨੂੰ ਅੱਜ? ਘੱਟੋ ਘੱਟ 40-50 ਦੁਕਾਨਾਂ ਸੀਲ ਕੀਤੀ ਗਈ ਵਿਦਆਊਟ ਐਨੀ ਨੋਟਿਸ, ਸਵੇਰੇ 7 ਵਜੇ ਆਇਆ ਸਾਨੂੰ ਬਿਨਾਂ ਦੱਸੇ ਕੀਤਾ ਗਿਆ। ਅਤੇ ਹੁਣ ਇਹ ਸੀਲ ਲੱਗੀ ਹੋਈ ਆ, ਜਿਹੜੀ ਲੇਬਰ ਤੁਹਾਡੇ ਕੋਲ ਕੰਮ ਕਰਦੀ ਉਹਨਾਂ ਦੀ ਦਿਹਾੜੀ ਵੀ? ਉਹ ਤਾਂ ਦੇਣੀ ਦੇਣੀ ਹੈ, ਸਾਡੇ ਕੋਲ 10 ਬੰਦੇ ਕੰਮ ਕਰਦੇ, ਕਿਸੇ ਕੋਲ 40 ਕੰਮ ਕਰਦੇ, 50 ਉਹਨਾਂ ਦੀ ਦਿਹਾੜੀ ਦੇਣੀ ਦੇਣੀ ਹੈ ਜੀ। ਤੁਹਾਨੂੰ ਰੈਂਟ 'ਤੇ ਦੁਕਾਨ ਹੈ, ਰੈਂਟ ਦੇਣਾ ਪੈਣਾ, ਬਿਜਲੀ ਦਾ ਖਰਚਾ ਸਭ ਦੇਣਾ ਪੈਣਾ, ਅੰਦਰ ਲਾਈਟਾਂ ਚੱਲ ਰਹੀਆਂ, ਕੁਛ ਨਹੀਂ ਬੰਦ ਕਰਨ ਦਿੱਤਾ ਸਾਨੂੰ, ਸਭ ਇੱਦਾਂ ਚੱਲਦਾ ਪਿਆ ਗਿਆ। ਕ੍ਰਿਸ਼ਨਾ ਮੰਦਰ ਚੌਂਕ 'ਚ ਹੈ ਜੀ। ਹਾਂਜੀ ਹਾਂਜੀ ਹਾਂਜੀ। ਅਤੇ ਇੱਥੇ ਆਹ ਰੋਡ ਜਾਮ ਕੀਤੀ ਦੁਕਾਨ ਵਾਲੇ ਸੜਕ 'ਤੇ ਆਏ? ਰੋਡ ਸਰ ਇੱਥੇ ਸਵੇਰੇ ਕਾਰਪੋਰੇਸ਼ਨ ਵਾਲੇ ਆਏ ਸੀਗੇ, ਕੁਛ ਇਹਨਾਂ ਦੀ ਆਪਣੇ ਸ਼ੋਪਸ ਵਗੈਰਾ ਸੀਲ ਕਰ ਗਏ ਸੀਗੇ,
ਉਹ ਸ਼ੋਪਸ ਵਾਲਿਆਂ ਨੇ ਇੱਥੇ ਆਪਣੇ ਰੋਡ ਜਾਮ ਕਰਤਾ ਜੀ, ਧਰਨਾ ਲਾਤਾ ਸਰ। ਕਿਹੜੀ ਜਗ੍ਹਾ ਇਹ? ਆਪਣੇ ਇਹ ਹੈਗਾ ਜੀ ਆਪਣੇ ਕ੍ਰਿਸ਼ਨਾ ਮੰਦਰ ਦੇ ਨੇੜੇ ਹੈ ਜੀ, ਕ੍ਰਿਸ਼ਨਾ ਮੰਦਰ ਰਾਤੋਂ ਰਾਤ ਲਗਾਏ ਆ ਪਰਚੇ ਜੇ, ਸਾਨੂੰ ਤਾਂ ਪਤਾ ਵੀ ਨਾ ਕੋਈ ਨੋਟਿਸ ਦਿੱਤਾ। ਸਵੇਰੇ ਸਵੇਰੇ ਆ ਕੇ ਲਗਾ ਕੇ ਗਏ ਜੀ, ਮੈਂ ਤਾਂ ਸਵੇਰੇ ਗੱਲ ਹੋਈ ਕਿਸੇ ਨਾਲ ਕੁਛ ਨਹੀਂ ਜੀ, ਮੇਰੀ ਕੁਛ ਨਾ। ਸਰ ਤੁਸੀਂ ਕਿਹੜੇ ਥਾਣੇ ਤੋਂ ਆਏ ਹੋ ਜੀ? ਕੁਛ ਆਪਣੇ, ਮੈਂ ਟ੍ਰੈਫਿਕ ਪੁਲਿਸ ਤੋਂ ਆਇਆ ਜੀ। ਸਰ ਆਪਣਾ ਸ਼ੁਭ ਨਾਮ ਦੱਸੋਗੇ? ਕੁਛ ਆਪਣੇ ਏ ਐਸ ਆਈ ਰਵਿੰਦਰ ਸਿੰਘ ਹੈ ਜੀ ਮੇਰਾ ਨਾਮ ਜੀ। ਅਤੇ ਸਰ ਹੁਣ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਕੋਈ ਇਹਨਾਂ ਨੂੰ? ਨਹੀਂ ਅਸੀਂ ਤਾਂ ਹਾਂਜੀ ਹਾਂਜੀ ਬਿਲਕੁਲ, ਹਾਂਜੀ ਬਿਲਕੁਲ, ਅਸੀਂ ਤਾਂ ਇਹਨਾਂ ਨੂੰ ਦੱਸ ਆਪਣੇ ਕਹਿ ਰਹੇ ਹਾਂ ਜੀ ਵੀ ਆਪਣਾ ਜਿਹੜਾ ਜਾਮ ਹੈ ਆਹ ਧਰਨਾ ਹੈ ਇਹਨੂੰ ਤੁਸੀਂ ਸਾਈਡ 'ਤੇ ਕਰੋ ਜੀ ਜੀ, ਵੀ ਆਪਣੇ ਆਮ ਪਬਲਿਕ ਵਾਸਤੇ ਜਿਹੜਾ ਰਸਤਾ ਆ ਉਹ ਆਪਣੇ ਖੋਲ੍ਹਿਆ ਜਾਵੇ, ਸੁਚਾਰੂ ਢੰਗ ਨਾਲ ਟ੍ਰੈਫਿਕ ਚਲਾਈ ਜਾਵੇ। ਜੇ ਨਹੀਂ ਇਹਨਾਂ ਵੱਲੋਂ ਖੋਲ੍ਹਿਆ ਜਾਂਦਾ ਫਿਰ ਤੁਹਾਡੇ ਵੱਲੋਂ ਕੀ ਸਟੈਪ ਹੋਏਗਾ ਸਰ? ਅੱਛਾ, ਅਸੀਂ ਆਪਣੇ ਸੀਨੀਅਰ ਅਫਸਰਾਂ ਨੂੰ ਸਭ ਨੋਟਸ ਕਰਾਤਾ ਜੀ, ਆਪਣੇ ਜੌਨ ਚਾਹ ਸਾਹਿਬ ਨੂੰ ਨੋਟਸ ਕਰਾਤਾ ਹੋਣਗੇ। ਦੁਕਾਨਾਂ ਬੰਦ ਕੀਤੀਆਂ? ਦੁਕਾਨਾਂ ਸਰ ਤਕਰੀਬਨ ਹੋਣਗੀਆਂ ਆਪਣੇ 10-15 ਦੁਕਾਨਾਂ ਜੀ। ਸਰ ਵਜ੍ਹਾ ਪਤਾ ਲੱਗੀ ਕਿਉਂ ਇਹਨਾਂ ਦੇ ਸੀਲ ਕੀਤੀ ਗਈ ਆ? ਨਹੀਂ ਜੀ ਸਾਨੂੰ ਕੋਈ ਨਹੀਂ ਪਤਾ। ਠੀਕ ਹੈ ਸਰ, ਥੈਂਕ ਯੂ। ਗੁਰਜੀਤ ਕੌਰ ਜੀ, ਮੈਡਮ ਉਹਨਾਂ ਨੇ ਰਸਤਾ ਬੰਦ ਕੀਤਾ ਵਾ, ਕੀ ਸਹੀ ਹੈ ਕਿ ਗਲਤ ਹੈ? ਸਰ ਦੇਖੋ ਮੈਂ ਐਮਰਜੈਂਸੀ ਗਲੋਬਲ ਹਾਰਟ ਜਾ ਰਹੀ ਹਾਂ, ਮੇਰੇ ਮੰਮੀ ਉੱਥੇ ਨਾ ਐਡਮਿਟ ਨੇ, ਹੁਣ ਦੇਖੋ ਪ੍ਰੋਬਲਮ ਹੋ ਰਹੀ ਹੈ, ਮੈਨੂੰ ਨਹੀਂ ਪਤਾ ਰਸਤਾ ਕਿਉਂ ਬੰਦ ਆ ਕਿਉਂ ਨਹੀਂ। ਸਾਡੀਆਂ ਦੁਕਾਨਾਂ ਦੇ ਸੀਲ ਕੀਤੀਆਂ ਗਈਆਂ ਬਿਨਾਂ ਦੱਸੇ, ਇਹ ਗਲਤ ਹੈ ਕਿ ਸਹੀ ਹੈ ਕਾਰਪੋਰੇਸ਼ਨ ਦੀ? ਐਬਸੋਲੂਟਲੀ ਵੈਰੀ ਰੋਂਗ, ਕਿਉਂਕਿ ਹਰ ਇੱਕ ਦੇਖੋ ਜੀ ਹਰ ਇੱਕ ਨੇ ਆਪਣਾ ਘਰ ਵੀ ਚਲਾਉਣਾ, ਸਭ ਕੁਛ ਕਰਨਾ ਵਾ, ਪਹਿਲਾਂ ਇਨਫੋਰਮ ਕਰਨਾ ਚਾਹੀਦਾ ਕਿਸੇ ਨੂੰ ਵੀ। ਹਾਂਜੀ, ਵੈਸੇ ਵੀ ਕੋਈ ਵੀ ਜਿਹੜੀ ਗੌਰਮੈਂਟ ਆ ਅਕੋਰਡਿੰਗ ਟੂ ਮੀ ਕੁਛ ਵੀ ਲੀਗਲ ਨਹੀਂ ਕਰਦੀ ਹੈਗੀ, ਲੇਕਿਨ ਆਮ ਪਬਲਿਕ ਨੂੰ ਤਾਂ ਪਰੇਸ਼ਾਨ ਹੋ ਰਹੀ ਹੈ ਨਾ ਇਹਦਾ। ਸਰ ਤੁਸੀਂ ਵੀ ਆਮ ਪਬਲਿਕ ਹੋ, ਅਸੀਂ ਵੀ ਸਾਰੇ ਆਮ ਹੀ ਪਬਲਿਕ ਆ, ਅਸੀਂ ਸਰਕਾਰ ਵੀ ਆਮ ਹੀ ਪਬਲਿਕ ਹੁੰਦੀ ਆ, ਅਸੀਂ ਇਹਨਾਂ ਨੂੰ ਵੋਟਾਂ ਦੇ ਵਿੱਚ ਵੋਟਾਂ ਦੇ ਕੇ ਜਿਤਾ ਕੇ ਅਸੀਂ ਉਹਨਾਂ ਨੂੰ ਖਾਸ ਬਣਾਉਂਦੇ ਹਾਂ, ਤਾਂ ਇਟ ਡਜ਼ਨਟ ਮੀਨ ਟੂ ਕਿ ਉਹ ਸਾਡੇ 'ਤੇ ਮਤਲਬ ਇੱਕ ਡਿਕਟੇਟਰਸ਼ਿਪ ਵਾਲੀ ਗੱਲ ਹੋ ਜਾਂਦੀ ਹੈ ਜੀ। ਦਿਸ ਇਜ਼ ਵੈਰੀ ਰੋਂਗ।